ਸਾਨੂੰ ਸਰਕਾਰ ਨੇ ਬਹੁਤ ਦਿੱਤਾ ਆ ਤੇ ਅਸੀਂ ਉਹ ਹੀ ਲਗਾਇਆ ਆ ਤੇ ਅਸੀਂ ਗਾਂ ਵੀ ਚਾਹੁੰਦੇ ਆ ਕਿ ਸਾਨੂੰ ਇਸ ਤਰ੍ਹਾਂ ਹੀ ਨਾ ਸਰਕਾਰ ਮਤਲਬ ਦਿੰਦੀ ਰਵੇ ਪੈਸਾ ਤੇ ਲੈ ਜੋ ਵੀ ਆ ਤੇ ਅਸੀਂ ਆਪਣੇ ਪਿੰਡ ਤੇ ਲਾਈਏ ਪਿੰਡ ਦਾ ਜਿਹੜਾ ਵਿਕਾਸ ਵੱਧ ਤੋਂ ਵੱਧ ਕਰੀਏ ਪਿੰਡ ਨੂੰ ਜਾਰੀ ਪ੍ਰਾਣ ਨੂੰ ਛੱਪੜਦੀ ਆ ਜੀ ਬਾਕੀ ਆ ਗੁਰੂ ਸਾਹਿਬ ਦੀ ਪੈੜੀ ਆ ਲਾਗੇ ਪਿੰਡ ਚਾਹੇ ਤੇ ਇਹਨੂੰ ਵਾਹਵੇ ਤੇ ਚਾਹੇ ਫਿਰ ਲੋਕਾਂ ਨੂੰ ਦਿੱਤੀ ਜਾਵੇ ਤੇ ਇਹਦੇ ਵਿੱਚ ਸੱਪ ਜੋ ਵੀ ਆ ਜਾਣੀ ਕਿ ਡੰਗਰ ਬੱਚੇ ਮਰ ਜਾਂਦੇ ਆ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਇਹਦੀ ਓਕੇ ਡੰਗਰ ਦੇ ਇੱਥੇ ਬਰਸਾਤਾਂ ਦੇ ਮਾਰ ਕੇ ਵੀ ਮਰਦੇ ਹੀ ਰਹਿੰਦੇ ਕਦੇ ਕਿਤੇ ਛੱਪੜ ਛੜ ਕੇ ਮੇਨ ਮੁੱਦਾ ਇਹੀ ਹੈ ਜੀ ਪਹਿਲਾਂ ਇੱਥੇ ਸੁੱਟੀ ਗਈ ਸੀ ਭੁੱਕੀ ਬਹੁਤ ਜ਼ਿਆਦਾ ਲੋਕਾਂ ਨੂੰ ਪਰੇਸ਼ਾਨੀ ਆਈ ਹੈ ਮੁਸ਼ਕ ਆਉਂਦਾ ਸੀ ਉਹੀ ਗੱਲ ਹੁਣ ਸ਼ਹਿਰ ਦਾ ਕੂੜਾ ਕਹਿੰਦੇ ਵੀ ਤੋਹਫੇ ਦੇ ਵਿੱਚ ਸੁੱਟ ਦੇਣਾ ਵਾ ਅਸੀਂ ਹੁਣ ਇਹਦੇ ਵਿੱਚ ਚੱਕਿਆ ਵਾ ਹੁਣ ਸਾਰੇ ਪਿੰਡ ਦੇ ਨਾਲ ਹੀ ਆ ਹੁਣ ਸਰਪੰਚ ਦੇ ਪਿੰਡ ਦੇ ਨਾਲ ਹੀ ਹੁੰਦਾ ਹੈ ਬਿਲਕੁਲ ਪੰਜਾਬੀਆਂ ਦੀ ਆਵਾਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਅਮਨਪ੍ਰੀਤ, ਅੱਜ ਲੈ ਕੇ ਆਇਆ ਹਾਂ ਅੰਬੀਆਂ ਤੋਹਫੇ। ਅੱਜ ਤੁਹਾਨੂੰ ਪਿੰਡ ਦੇ ਸਰਪੰਚ ਸਾਹਿਬ ਨਾਲ, ਪਿੰਡ ਦੇ ਲੋਕਾਂ ਨਾਲ ਰੂਬਰੂ ਕਰਾਵਾਂਗੇ, ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਉਹ ਕਿਹੜੀ ਸਮੱਸਿਆ ਨਾਲ ਸਮੱਸਿਆ ਨੂੰ ਲੈ ਕੇ ਸਾਡੇ ਕੋਲ ਪਹੁੰਚੇ ਨੇ, ਅਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਉਹਨਾਂ ਨੂੰ ਪੁੱਛਾਂਗੇ ਕਿ ਇਹ ਸਮੱਸਿਆ ਜਿਹੜੀ ਚੱਲ ਰਹੀ ਹੈ ਕਿੰਨੇ ਦਿਨਾਂ ਤੋਂ ਚੱਲ ਰਹੀ ਹੈ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਇਹ ਸਮੱਸਿਆ ਦਾ ਮੇਨ ਕਾਰਨ ਕੀ ਹੈ ਅਤੇ ਜਿਹੜੀ ਇੱਥੇ ਜਾਂ ਨਹੀਂ। ਆਹ ਤੁਸੀਂ ਦੇਖ ਸਕਦੇ ਹਾਂ ਇਸ ਪਿੰਡ ਦਾ ਛੱਪੜ ਜੋ ਕਿ ਪਿੰਡ ਦੇ ਵਿੱਚੋਂ ਵਿੱਚ ਨੇ, ਕਿ ਇਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਿੰਡ ਦੇ ਵਿੱਚੋਂ ਛੱਪੜ ਦੇ ਵਿੱਚੋਂ ਕਾਫੀ ਸੱਪ ਕੀੜੇ ਮਕੌੜੇ ਲੋਕਾਂ ਦੇ ਘਰਾਂ ਵਿੱਚ ਵੜਦੇ ਨੇ ਅਤੇ ਜਿਸ ਦੀ ਵਜ੍ਹਾ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ। ਅਤੇ ਇਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਿੰਡ ਦੇ ਛੱਪੜ ਦੇ ਵਿੱਚ ਕਾਫੀ 2 ਤੋਂ 3 ਡੰਗਰ ਵੀ ਡੁੱਬ ਕੇ ਮਰੇ ਨੇ ਅਤੇ ਇਸ ਪਿੰਡ ਦੇ ਵਿੱਚ ਇਹ ਉਸ ਤੋਂ ਬਾਅਦ ਇੱਕ 4 ਦੀਵਾਰੀ ਸਰਪੰਚ ਸਾਹਿਬ ਵੱਲੋਂ ਕਰਵਾਈ ਗਈ ਤਾਂ ਜੋ ਇਸ ਪਿੰਡ ਦੇ ਜਿਹੜੇ ਲੋਕ ਨੇ ਉਹ ਥੋੜ੍ਹਾ ਸੇਫ ਰਹਿਣ, ਇਸ ਪਿੰਡ ਦੇ ਜਿਹੜੇ ਡੰਗਰ ਨੇ ਉਹ ਸੇਫ ਰਹਿਣ। ਆਓ ਇਸ ਪਿੰਡ ਦੇ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਪੁੱਛਦੇ ਹਾਂ ਕਿ ਇਸ ਪਿੰਡ ਦੀ ਸਮੱਸਿਆ ਜਿਹੜੀ ਹੈਗੀ ਆ ਉਹ ਕਿਹੜੀ ਹੈ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ, ਕੀ ਨਾਮ ਮੈਡਮ ਆਪਣਾ? ਅਮਰਜੀਤ ਕੌਰ ਜੀ, ਤੁਸੀਂ ਸਰਪੰਚ ਪਹਿਲੀ ਵਾਰੀ ਬਣੇ ਹੋ? ਹਾਂਜੀ, ਪਹਿਲਾਂ ਮੈਂ 5 ਸਾਲ ਪਹਿਲਾਂ ਸਰਪੰਚ ਹੋਈ, ਮੈਂ ਪੰਚ ਰਹੀ ਹਾਂ, ਚੈਪਟਰ ਸਰਪੰਚ। ਓਕੇ, ਸਰਪੰਚੀ ਲੈ ਕੇ ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ, ਕੰਮ ਚੱਲਦਾ ਹੈ। ਓਕੇ, ਸਾਰੇ ਪਿੰਡ ਦੇ ਜਿੰਨੇ ਵੀ ਕਾਰੋਬਾਰ ਹੈਗੇ ਆ ਸਾਰੇ ਤੁਸੀਂ ਆਪ ਕਰਦੇ ਆ? ਹਾਂਜੀ ਆਪ। ਓਕੇ, ਆਪ ਕਰਦੇ ਪਏ ਆ, ਤੁਹਾਡੀ ਸਪੋਰਟ ਦੇ ਨਾਲ ਵੀ ਕੋਈ ਖੜਾ ਆ? ਸਾਡੇ ਆਪਣੇ ਮੇਰੀ ਪੰਚਾਇਤ ਜਿਹੜੀ ਆ ਬਸ ਵੈਰੀ ਗੁੱਡ ਆ, ਸਾਡੇ ਨਾਲ ਓਕੇ ਠੀਕ ਹੈ ਜੀ। ਅੱਛਾ ਸਰਪੰਚ ਸਾਹਿਬ, ਇਸ ਤੋਂ ਕੀ ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ ਤੁਹਾਡੇ ਨਾਲ, ਪਿੰਡ ਦੇ ਜਿਹੜੇ ਲੋਕ ਆ ਉਹ ਇਕੱਠੇ ਹੋਏ ਆ, ਅੱਜ ਕਿਹੜਾ ਮਸਲਾ ਤੁਹਾਡੇ ਕੋਲ ਇਸ ਵੇਲੇ? ਹੁਣ ਅਸੀਂ ਥੋੜ੍ਹਾ ਜਿਹਾ ਇੱਕ ਵਰਤਨ ਕੀਤਾ ਹੋਇਆ ਆ ਉਹਨਾਂ ਦੇ ਬਚਾਅ ਬਾਰੇ, ਕੋਈ ਨਿਆਣਾ
जानवर का कोई नुकसान ना हो। पहला ये गल् हो गई तो उस तो बाद चलो सारे ने मिलजुल के आप ग्रांट मिली तो आप छप्पड़ ते लाई आ छप्पड़ का आप बलगना किया हो सारे लिए सेफ आ। तो असी कहने भी इदा ही गांह तो गांह काम साडा चलता रहे सरकार सानू ग्रांटा दिंदी रहे तो असी अपना काम जिहड़ा बहुत वधिया तरीके नाल करदे रहिए तो असी उन्हां दा मुड़ के धन्नवाद करदे। ओके तुसीं इह दसो कि हुण तक तुहानूं पंजाब सरकार वल्लों किन्ना क योगदान मिल गया पिंड दीआं गलीआं वास्ते? पहला तो सानू जिहड़े सीगे मंत्री हुण दी हुण दे सरकार नालों हाँ जी सानू सरकार ने बहुत दिता आ ते असी उही लगाया आ ते असी गांह भी चाहुंदे आ कि सानू इस तरह ही है ना सरकार मतलब दिंदी रहे पैसा तेला जो भी आ ते असी अपने पिंड ते लाईए पिंड दा जिहड़ा विकास वध तों वध करिए। ते हुण साडे पिंड दे विच थोड़ा कम रह गया आ जिद्दां हुण छप्पड़ दा रह गया वा छप्पड़ दा हो जावे डूंघा हो जावे खूहियां गालियां जाण जां कोई सानू मतलब बहुता नहीं तां थोड़ा बहुत कितें सानू पैली मिल जावे जमीन मिल जावे जिहदे विच असी अपना पिंड दा जिहड़ा थोड़ा बहुत गंद कूड़ा रुकिया होया बाहर लिजाण दी आपां करिए कोशिश। ते बाकी पिंड दे नाल ही साडा सारा काम आ कि इह सानू सहयोग दिंदे आ ते असी करदे आ है ना। तो बाकी असी कहने कि साढ़े पिंड दे विच काम बथेरा हो गया वा फिर भी असी कहने कि जिहड़ा कि पिंड दीआं लाइटां लग जाण टैंकी साढ़े पिंड नूं मिल जावे ते होर भी जिहड़ा कोई छोटा मोटा काम रहिंदा आ ते असी कहने वह भी कर दिता जावे। ओके अच्छा मैडम इस तों इलावा दसो जी जिहड़े तुहाडे पिंड दी समस्यावां हैगीआं मेन छप्पड़ वा जां पिंड दे विच जिहड़ी बारों बार जिहड़ी जमीन बाबा जी वल्लों जिहड़ी पई आ फालतू पई आ है ना? हाँ जी करतारपुर बुढ़े जांदे आ ते बाकी रिसीवर दी आ साडे विकास है नहीं आ बाहर दो कनाई दे विच छप्पड़ आ दो कनाला साडे जिस्ट्री वाली जाने के जिस्ट्री होया जिहड़ी जगह वा दो कनाला दे विच साडा छप्पड़ जिहड़ा वा पानी नहीं चकदा सानू बाहर चाहिए आ जाने के दो कनाला मिल जाए चार कनाला मिल जाए असी तो यही दरखास्त करांगे इस गौरमेंट नूं कि सानू वध तों वध हुण बाहर प्लाट दिता जाए तो जिहदे विच असी पिंड दा विकास जिहड़ा छप्पड़ दा पानी आ बाहर लै जाइए पिंड नूं ज़्यादा प्रॉब्लम छप्पड़ दी आ जी। बाकी आ गुरु साहब की पैड़ी आ लागे पिंड चाहे तो इहदों वाहवे तो चाहे फिर लोगों नूं दित्ती जाए तो इहदे विच सप्प जो भी आ जाने के डंगर बच्चे मर जाते आ सानू बहुत ज़्यादा परेशानी है यदि। ओके अच्छा सर ये दसो कि जो मतलब कि इतने डंगर जिन्हें भी डंगर मरे वो इतने इस वे मौजूद है? हाँ जी है जी। तो माड़ा जहा उन्होंने बुला सकते हैं? हाँ जी इदा भी साढ़े इतने प्रॉब्लम पशु पशु बारहों भी मर जाते जाके हाँ जी ये सवेल सारे पिंड लागे करो। हाँ अच्छा साढ़े भी इतने पशु साढ़े भी है असं भी कितने करने के कोई जगह कितने है नहीं। ओके जिदा तुम दसा कि डंगर मरिया इतने कि टाइम हो गया डंगर तो इतने बरसात तकरीबन मरते ही रहते कदम छप्पड़ छपड़ के। अच्छा बरसात छप्पड़ छप्पड़ भी डंगर आ जाते थे जो भी हूँ चार दवारी हुई है उदो कि तू मतलब कि रिले जो भी चार दवारी हुई है वह तू कि फायदा होया फायदा हो पशु कोई बेच नहीं आया। अच्छा मतलब इन्ह चार साल ही सारा काम होया वा पहली पंचायत नालों इस पंचायत बारे तुसी की कहना चाहते हैं? इस पंचायत ने काम बहुत वधिया किया साढ़े सारिया के बारे बहुत वधिया काम किया सारिया गलियां भी बनाईया हर सहूलत सानू दित्ती है लागे करो। हाँ सारा सारा सानू काम इन्होंने पूरा किया मौजूदा जे सरपंच है उन्होंने बोली चाली पिंड वाले ने कि रिलेशन कि जो तुम इन्हों को जाने किस तरह व्यवहार कर रहे बहुत वधिया ਕਿਉਂ ਵੀ ਗੱਲ ਕਹੀਏ ਸਾਡੀ ਪੂਰੀ ਸੁਣਾਈ ਕਰਦੇ ਆ। ਓਕੇ ਕਦੀ ਪ੍ਰਵਾਸੀਆਂ ਵਾਂਗੂ ਵਿਹਾਰ ਤਾਂ ਨਹੀਂ ਕੀਤਾ? ਨਹੀਂ ਨਹੀਂ ਠੀਕ ਹੈ ਜੀ। ਓਕੇ ਜੀ ਸ਼ੁਕਰੀਆ। ਅੱਛਾ ਭਾਜੀ ਹੁਣ ਕੁਛ ਸਮੇਂ ਪਹਿਲਾਂ ਇਸ ਪਿੰਡ ਦੇ ਵਿੱਚ ਕੁਛ ਲੋਕ ਇਕੱਠੇ ਹੋਏ ਸੀਗੇ ਰੂੜੀ ਕਰਕੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਉਹ ਮੇਨ ਮੁੱਦਾ ਕੀ ਸੀਗਾ? ਮੇਨ ਮੁੱਦਾ ਇਹੀ ਹੈ ਜੀ ਪਹਿਲਾਂ ਇੱਥੇ ਸੁੱਟੀ ਗਈ ਸੀ ਭੁੱਕੀ ਬਹੁਤ ਜ਼ਿਆਦਾ ਲੋਕਾਂ ਨੂੰ ਪਰੇਸ਼ਾਨੀ ਆਈ ਹੈ ਮੁਸ਼ਕ ਆਉਂਦਾ ਸੀ ਉਹੀ ਗੱਲ ਹੁਣ ਸ਼ਹਿਰ ਦਾ ਕੂੜਾ ਕਹਿੰਦੇ ਆ ਵੀ ਤੋਹਫੇ ਦੇ ਵਿੱਚ ਸੁੱਟ ਦੇਣਾ ਵਾ ਅਸੀਂ ਹੁਣ ਇਹਦੇ ਵਿੱਚ ਡੱਕਿਆ ਵਾ ਹੁਣ ਸਾਰੇ ਪਿੰਡ ਦੇ ਨਾਲ ਹੀ ਆ ਹੁਣ ਸਰਪੰਚ ਦੇ ਪਿੰਡ ਦੇ ਨਾਲ ਹੀ ਹੁੰਦਾ ਜੀ ਬਿਲਕੁਲ ਜੇ ਪਿੰਡ ਦੇ ਡੱਕਣਗੇ ਤਾਂ ਆਪਾਂ ਪਿੰਡ ਦੇ ਨਾਲ ਹੋਣਾ ਠੀਕ ਹੈ ਜੀ ਬਾਕੀ ਸਾਡੇ ਪਰੇਸ਼ਾਨੀ ਇਹ ਆ ਕਿ ਜਿੰਮ ਹੋਣੀ ਚਾਹੀਦੀ ਆ ਜਿੰਮ ਸਾਡੇ ਕਰਤਾਰਪੁਰ ਜਾਂਦੇ ਆ
ਬਾਕੀ ਸਾਡੇ ਵਿਕਾਸ ਕੋਈ ਨਹੀਂ ਆ, ਪਾਣੀ ਦਾ ਤਾਂ ਵਿਕਾਸ ਬਿਲਕੁਲ ਹੈ ਨਹੀਂ ਆ ਜੀ ਛੱਪੜ ਦਾ। ਓਕੇ ਠੀਕ ਹੈ ਜੀ। ਬਾਕੀ ਬੱਚਿਆਂ ਦੀ ਜਿੰਮ ਚਾਹੀਦੀ ਆ, ਬੁੜੀਆਂ ਦੀ ਜਿੰਮ ਚਾਹੀਦੀ ਆ, ਚਲੋ ਜੋ ਵੀ ਆ ਹੋਣਾ ਚਾਹੀਦਾ ਸਾਡੇ। ਜਾਣੀ ਕਿ ਜਗ੍ਹਾ ਹੈ ਨਹੀਂ, ਜਗ੍ਹਾ ਦੀ ਜ਼ਿਆਦਾ ਪ੍ਰੋਬਲਮ ਆ। ਜਗ੍ਹਾ ਸਾਡੇ ਗੁਰੂ ਸਾਹਿਬ ਦੀ ਪੈਲੀ ਆ ਜਿਹ 'ਚ ਲੋਕ ਬੈਠੇ ਆ, ਅਤੇ ਬਾਕੀ ਗੁਰੂ ਸਾਹਿਬ ਦੀ ਪਰੇਸ਼ਾਨੀ ਵੀ ਬਹੁਤ ਜ਼ਿਆਦਾ ਆ ਕਿ ਪੈਲੀ ਉੱਦਾਂ ਪਈ ਆ। ਅਸੀਂ ਸਰਕਾਰ ਨੂੰ ਇਹੀ ਰਿਕੁਐਸਟ ਕਰਦੇ ਹਾਂ ਜੀ, ਸਾਨੂੰ ਕੁੜੀਆਂ ਦੇ ਵੀ ਕੋਈ ਇੱਥੇ ਨਾ ਸੈਂਟਰ ਆ ਨਾ ਕੋਈ ਇੱਥੇ ਕੋਈ ਇੱਥੇ ਸਹੂਲਤ ਇੱਦਾਂ ਦੀ ਨਹੀਂ ਹੈਗੀ। ਜ਼ਰੂਰ ਆ ਗਲੀਆਂ ਨਾਲੀਆਂ ਹੀ ਬਣਦੀਆਂ ਆਈਆਂ ਅੱਜ ਤਾਈਂ, ਨਾ ਇੱਥੇ ਜਿੰਮ ਆ ਅਤੇ ਨਾ ਕੋਈ ਸਿਲਾਈ ਸੈਂਟਰ ਆ ਜੀ। ਇੱਦਾਂ ਦੀਆਂ ਪ੍ਰੋਬਲਮਾਂ ਜ਼ਿਆਦੀਆਂ ਵਾ। ਸਕੂਲ ਵੀ ਜਾਣੀ ਕਿ ਪੰਜਵੀਂ ਦਾ ਹੀ ਆ, ਡਿਸਪੈਂਸਰੀ ਵੀ ਚਾਹੀਦੀ ਹੈ ਜੀ ਮਹਾਰਾਜ। ਓਕੇ, ਅੱਛਾ ਇਹ ਦੱਸੋ ਜੀ, ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ ਮੁੱਦਿਆਂ ਨੂੰ ਲੈ ਕੇ, ਹਾਂਜੀ, ਤੁਹਾਨੂੰ ਕੀ ਲੱਗਦਾ ਜਿਹੜੀ ਮੌਕੇ 'ਤੇ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਆ ਇਹ ਇਸ ਚੀਜ਼ ਦੇ ਹੱਲ ਕਰੇਗੀ? ਦੇਖੋ ਜੀ, ਹੁਣ ਬਣਾਈ ਆ ਆਪ, ਵਾਅਦੇ ਕੀਤੇ ਆ, ਆਪ ਨਾਲ ਹੋ ਕੇ ਚੱਲੇ ਇਹਨਾਂ ਦੇ, ਅਤੇ ਸੁਣੂਗੀ ਤਾਂ ਬਹੁਤ ਸੋਹਣੀ ਗੱਲ ਆ ਮਹਾਰਾਜ। ਅੱਗੇ ਤੁਰੇ ਹਾਂ ਤਾਂ ਗਾਂਹ ਵੀ ਤੁਰਾਂਗੇ ਇਹਨਾਂ ਦੇ ਨਾਲ। ਓਕੇ, ਆਪਾਂ ਤਾਂ ਮਸਲੇ ਇਹੀ ਦੋ ਚਾਰ ਗੱਲਾਂ ਵਾਅਦੇ ਕੀਤੇ ਸੀ, ਜਿੰਮ ਦੇ ਕੀਤੇ ਸੀ, ਛੱਪੜ ਦੇ ਕੀਤੇ ਸੀ, ਰਿਸੀਵਰ ਦੇ ਕੀਤੇ ਸੀ, ਟੈਂਕੀ ਦਾ ਕੀਤਾ ਸੀ, ਦੇਖੋ ਦੇਖਦੇ ਆ ਕੀ ਕਰਦੇ ਆ। ਓਕੇ, ਮੌਕੇ ਦੀ ਸਰਕਾਰ ਤੋਂ ਤੁਸੀਂ ਕੀ ਉਮੀਦ ਰੱਖਦੇ ਆ? ਉਮੀਦ ਤਾਂ ਬਹੁਤ ਆ, ਉਮੀਦਾਂ ਤਾਂ ਇੱਦਾਂ ਵਾ ਵੀ ਵਾਅਦੇ ਜਿਹੜੇ ਕੀਤੇ ਆ ਸਾਡੇ ਪੂਰੇ ਕੀਤੇ ਜਾਣ ਜੀ। ਸਾਡੇ ਪਿੰਡ ਨੂੰ ਜ਼ਿਆਦਾ ਪ੍ਰੋਬਲਮ ਆ, ਸਾਡੇ ਕੋਲ ਥਾਂ ਹੈ ਨਹੀਂ ਆ। ਓਕੇ, ਇੱਕ ਛੱਪੜ ਦਾ ਸਾਡਾ ਵਿਕਾਸ ਜਿਹੜਾ ਬਾਹਰ ਹੋਣਾ ਚਾਹੀਦਾ ਵਾ, ਬਾਕੀ ਮੁੰਡਿਆਂ ਨੂੰ ਜਿੰਮ ਚਾਹੀਦੀ ਆ, ਕੁੜੀਆਂ ਵਾਸਤੇ ਵੀ ਕੋਈ ਸਹੂਲਤ ਨਹੀਂ ਆ ਜੀ। ਓਕੇ, ਅਤੇ ਇਸ ਪਿੰਡ ਵਿੱਚ ਬੱਸ ਸਰਵਿਸ, ਬੱਸ ਸਟੈਂਡ ਇੱਦਾਂ ਦਾ ਕੁਛ ਨਹੀਂ ਹੈਗਾ ਜੀ? ਓਕੇ, ਇਹ ਕਿੰਨੇ ਸਮੇਂ ਤੋਂ ਨਹੀਂ ਹੈਗਾ? ਇਹ 25 ਸਾਲ ਹੋ ਗਏ ਸਾਡੇ, ਆਪਾਂ ਪੰਜਵੀਂ ਸਰਪੰਚ ਹੀ ਆ ਇਹਦੇ ਵਿੱਚ, ਜਾਣੀ ਕਿ ਪਿਛਲੇ ਨਹੀਂ ਹੈਗਾ, ਜੋ ਚਾਰ ਸਰਪੰਚੀਆਂ ਤੋਂ ਪੰਜਵੀਂ ਚੱਲਦੀ ਆ, ਪੰਜਵੀਂ ਚੱਲਦੀ ਪਈ ਆ। ਪਹਿਲੇ ਮਤਲਬ ਦੋ ਪਿੰਡਾਂ ਦੀ, ਤਿੰਨ ਪਿੰਡਾਂ ਦੀ ਇਕੱਠੀ ਸੀਗੀ? ਹਾਂਜੀ। ਕਿਹੜਾ ਕਿਹੜਾ ਪਿੰਡ ਨਾਲ ਪੈਂਦਾ ਸੀਗਾ? ਸਾਡੇ ਟਾਹਲੀ ਸਾਹਿਬ, ਚੀਮਾ, ਚੀਮਿਆਂ ਦੇ ਸਰਪੰਚ ਬਣਦੇ ਸੀ, ਅਤੇ ਤੋਫੇ ਦਾ ਪੰਚਾਇਤ ਮੈਂਬਰ ਸੀ, ਅਤੇ ਟਾਹਲੀ ਸਾਹਿਬ ਦਾ ਪੰਚਾਇਤ ਮੈਂਬਰ ਸੀ। ਓਕੇ, ਹਾਂਜੀ, ਮਤਲਬ ਬੂਥ ਇੱਕ ਲੱਗਦਾ ਸੀਗਾ ਤਿੰਨਾਂ ਨੂੰ? ਬੂਥ ਇੱਕ ਲੱਗਦਾ ਸੀ। ਓਕੇ, ਹਾਂਜੀ। ਅੱਛਾ, ਇਸ ਪਿੰਡ ਦੇ ਵਿੱਚ ਜਿੱਦਾਂ ਟੋਟਲ ਹੁਣ ਤੁਸੀਂ ਕੰਮ ਕਰਾਏ ਆ, ਵੈਸੇ ਉਹਦੀ ਕੋਈ ਹੈਗੀ ਤੁਹਾਡੇ ਤੋਂ ਨੌਲੇਜ, ਮਤਲਬ ਕਿਹੜੇ ਕਿਹੜੇ ਕਿਹੜੀ ਕਿੰਨੀਆਂ ਗਲੀਆਂ ਹੁਣ ਤੱਕ ਹੋ ਚੁੱਕੀਆਂ ਵਾ? ਮਹਾਰਾਜ, ਗਲੀਆਂ ਤਾਂ ਤਕਰੀਬਨ ਸਾਰੀਆਂ ਹੀ ਹੋ ਚੁੱਕੀਆਂ ਵਾ, ਬਸ ਹੁਣ ਪਿੰਡ ਦੀ ਸਾਈਡ ਰਹਿੰਦੀ, ਸਾਈਡ ਪੱਕੀ ਕਰਾਵਾਂਗੇ ਜੀ। ਜਿਹੜੀ ਆਪਾਂ ਫਿਰ ਨਹੀਂ ਕਹਿ ਸਕਦੇ, ਨਹੀਂ ਕਹਿ ਸਕਦੇ, ਜਿਹੜੀ ਪੱਕੀ ਸੜਕ ਜਿਹੜਾ ਰੋਡ ਜਾਂਦਾ PWD ਦੇ ਵਿੱਚ ਜਿਹੜੀ ਪਾਸ ਹੁੰਦੀ ਜਿਹੜੀ? ਹਾਂਜੀ ਹਾਂਜੀ। ਓਕੇ, ਤੁਸੀਂ ਇਹ ਲੈਟਰ ਪਾਇਆ ਹੋਇਆ ਉਹਨਾਂ ਨੂੰ? ਨਹੀਂ ਜੀ, ਅਜੇ ਨਹੀਂ ਪਾਇਆ ਨਹੀਂ ਆ, ਅਤੇ ਜਾਣੀ ਕਿ ਸਾਡੇ ਕੋਲ 6 ਮਹੀਨੇ ਹੋ ਗਏ, ਸੈਕਟਰੀ ਨਹੀਂ ਪੜਿਆ, ਅਤੇ ਪਾਸ ਕੀ ਕਰਾਉਣਾ ਜੀ? ਸੈਕਟਰੀ ਦਾ ਨਾਮ ਕੀ ਹੈ ਜੀ? ਸੋਤਾ ਸਾਹਿਬ, ਬਲਜੀਤ ਸੋਤਾ, ਬਲਜੀਤ ਸਿੰਘ ਸੋਹਤਾ, ਕੁਲਦੀਪ ਸੋਹਤਾ, ਕੁਲਦੀਪ ਆ ਉਹਦਾ ਨਾਮ, ਕੁਲਦੀਪ ਸੋਹਤਾ, ਠੀਕ ਹੈ ਜੀ। ਅਸੀਂ ਆਸ ਕਰਦੇ ਹਾਂ ਕਿ ਜਿਹੜੀ ਤੁਹਾਡੀਆਂ ਜਿਹੜੀਆਂ ਮੰਗਾਂ ਆ ਇਹ ਪ੍ਰਵਾਨ ਹੋਣ, ਮੌਕੇ 'ਤੇ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਆ ਉਹਨਾਂ ਤੱਕ ਇਹ ਸਾਡੀ ਜਿਹੜੀ ਵੀਡੀਓ ਆ ਸਾਡੇ ਚੈਨਲ ਰਾਹੀਂ ਉਹਨਾਂ ਤੱਕ ਪਹੁੰਚੇ, ਤਾਂ ਜੋ ਜੇ ਤੁਹਾਡੇ ਜਿਹੜੇ ਮਸਲੇ ਆ ਉਸ ਨੂੰ ਹੱਲ ਕੀਤਾ ਜਾਵੇ, ਅਤੇ ਜੋ ਵੀ ਅੱਜ ਤੁਸੀਂ ਮੰਗਾਂ ਰੱਖੀਆਂ ਨੇ ਉਸ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਵੀ ਤੁਹਾਡੇ ਹੱਕ ਦੇ ਵਿੱਚ ਬੋਲਣ, ਤਾਂ ਜੋ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਜਿਹੜੀ ਤੁਹਾਨੂੰ ਪ੍ਰੋਬਲਮ ਆ ਰਹੀ ਆ ਉਸ ਦਾ ਹੱਲ ਕੀਤਾ ਜਾਵੇ। ਮੈਂ ਪੰਜਾਬੀਆਂ ਦੀ ਆਵਾਜ਼ ਤੋਂ ਅਮਨਪ੍ਰੀਤ ਕਪੂਰਥਲਾ, ਥੈਂਕ ਯੂ।